ਵੱਡਾ ਮੋਟੀਵੇਸ਼ਨ ਆ। ਲਓ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਸਿਮਰਨ ਸਿਕੰਦ ਸਾਹਿਬ ਅਤੇ ਮੇਰੇ ਮਾਣ ਸਤਿਕਾਰ ਜੋ ਬੈਂਸ ਸਾਹਿਬ ਜੀ ਜੋ ਕਿ ਲੁਧਿਆਣੇ ਤੋਂ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਦੁਨੀਆ ਲਈ, ਅਤੇ ਆਪਾਂ ਜਿਹੜਾ ਸਾਡਾ ਅਗਲਾ ਸਟੈਪ ਹੋਊਗਾ ਇਹਨਾਂ ਦੇ ਆਸ਼ੀਰਵਾਦ ਨਾਲ ਆਪਾਂ ਅੱਗੇ ਵਧਾਂਗੇ। ਦਿਸ ਇਜ਼ ਅ ਮੈਸੇਜ ਟੂ ਆਲ ਮਾਈ ਫਰੈਂਡਸ ਵਿਚ ਆਰ ਲਿਵਿੰਗ ਇਨ ਅਬਰੋਡ ਦੈਟ ਵੀ ਆਰ ਗੋਇੰਗ ਟੂ ਸਟਾਰਟ ਅ ਨਿਊ ਸਟੈਪ ਫੋਰ ਅ ਚੈਰਿਟੀ ਵਿਚ ਇਜ਼ ਕਾਲਡ ਐਨ ਅ ਚੈਰਿਟੀ ਫੋਰ ਅ $1 ਐਂਡ ਇੰਡੀਅਨ ਰੁਪੀਜ਼ ਵਿਚ ਇਜ਼ ਦ ਸਕੀਮ ਇਜ਼ 1 ਰੁਪਈਆ ਸਾਰੀ ਦੁਨੀਆ ਨੂੰ ਬਚਾਊਗਾ। ਅਤੇ ਆਪਾਂ ਮਾਣ ਸਤਿਕਾਰਯੋਗ ਬੈਂਸ ਸਾਹਿਬ ਦੇ ਹੈਲਪ ਨਾਲ ਆਸ਼ੀਰਵਾਦ ਨਾਲ ਦੁਨੀਆ 'ਚ ਅੱਗੇ ਵਧਣਾ ਅਤੇ ਨਸ਼ਾ ਵੀ ਮੁਕਾਉਣਾ ਅਤੇ ਗਰੀਬੀ ਵੀ ਮੁਕਾਉਣੀ ਅਤੇ ਬਿਮਾਰੀਆਂ ਨੂੰ ਵੀ ਘਟਾਉਣਾ ਜੋ ਕਿ ਰੱਬ ਦੀ ਦੇਣ ਆ। ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਅਤੇ ਇਹਨਾਂ ਦਾ ਆਸ਼ੀਰਵਾਦ ਮੈਨੂੰ ਹਮੇਸ਼ਾ ਇੱਦਾਂ ਹੀ ਮਿਲਦਾ ਰਹੇ। ਸੋ ਦੋਸਤੋ, ਮੈਨੂੰ ਬੜੀ ਖੁਸ਼ੀ ਹੋਈ ਆ, ਮੈਂ ਸੈਮ ਨੂੰ ਮਿਲਿਆ, ਸੈਮ ਦੇ ਮੰਮੀ ਪਾਪਾ ਸਿਸਟਰਸ ਨੂੰ ਮਿਲਿਆ। ਮੈਂ ਉਹਨਾਂ ਨੂੰ ਕਹਿ ਕੇ ਹਟਿਆ ਵੀ ਤੁਸੀਂ ਬੜੇ ਲੱਕੀ ਹੋ, ਸੈਮ ਦੀਆਂ ਸਿਸਟਰਸ ਨੂੰ ਕਹਿ ਕੇ ਹਟਿਆ ਵੀ ਤੁਸੀਂ ਲੱਕੀ ਹੋ, ਤੁਹਾਨੂੰ ਵੀਰਾ ਬਹੁਤ ਵਧੀਆ ਮਿਲਿਆ। ਛੋਟੀ ਉਮਰ ਦੇ ਵਿੱਚ ਸਮਾਜ ਸੇਵਕ ਬਹੁਤ ਰੇਅਰ ਹੁੰਦੇ ਆ। ਸੈਮ ਦੇ ਪਾਪਾ ਨੂੰ ਕਿਹਾ ਕਿ ਸਾਡਾ ਹਰਪਾਲ ਜੀ ਉਹਨਾਂ ਨੂੰ ਵੀ ਤੁਹਾਨੂੰ ਗੋਡ ਗਿਫਟ ਮਿਲਿਆ ਹੈ, ਇੱਕ ਰੋਲ ਮਾਡਲ ਹੋ ਜਾਂਦੇ ਆ ਇੰਨੀ ਛੋਟੀ ਉਮਰ ਦੇ ਵਿੱਚ, ਜਿਹੜਾ ਸੋਸ਼ਲ ਸਰਵਿਸ ਦੀ ਚਿੰਤਕ ਪੈ ਜਾਂਦੀ ਹੈ। ਆਪਾਂ ਕਹਿ ਲਈਏ ਅਡਿਕਟ ਹੈਗਾ ਹੈ ਨੀਡੀ ਪੀਪਲ ਦੀ ਹੈਲਪ ਕਰਨ ਵਾਸਤੇ। ਸੋ ਇਹ ਰੋਲ ਮਾਡਲ ਆ, ਜੇ ਇਹ ਕਰ ਸਕਦਾ ਤੁਸੀਂ ਤਾਂ ਮੈਂ ਕਿਉਂ ਨਹੀਂ ਕਰ ਸਕਦੇ। ਆਪਾਂ ਮੰਦਰ ਗੁਰਦੁਆਰੇ ਜਾਂਦੇ ਹਾਂ ਆਪਣੇ ਦਾਦੇ ਪੜਦਾਦਿਆਂ ਦੀ ਯਾਦ ਦੇ ਵਿੱਚ, ਸੰਘ ਮਰਮਰ ਵਿਦੇਸ਼ੀ ਪੱਥਰ ਸਾਗਬਾਨ ਦੀ ਲੱਕੜ ਸੋਨਾ ਚਾਂਦੀ, ਮੈਂ ਕਹਿੰਦਾ ਨਹੀਂ ਵੀ ਨਾ ਚੜਾਇਓ, ਮਤਲਬ ਮੈਂ ਨਾਸਤਿਕ ਨਹੀਂ ਹੈਗਾ, ਪਰ ਗਰੀਬ ਦਾ ਮੂੰਹ ਅਤੇ ਗੁਰੂ ਦੀ ਗੋਲਕ। ਕਦੇ ਆਪਾਂ ਇਹ ਸੁਣਿਆ ਵੀ ਗੁਰੂ ਦੀ ਗੋਲਕ ਅਤੇ ਗਰੀਬ ਦਾ ਮੂੰਹ? ਨਹੀਂ, ਕੀ ਹੈਗਾ ਸਾਡੇ ਗੁਰੂਆਂ ਦਾ ਸਿਧਾਂਤ ਕੀ ਆ? ਗਰੀਬ ਦਾ ਮੂੰਹ ਅਤੇ ਗੁਰੂ ਦੀ ਗੋਲਕ, ਮਤਲਬ ਕਿ ਗਰੀਬ ਦਾ ਮੂੰਹ ਪਹਿਲਾਂ ਆਉਂਦਾ ਦੈਨ ਗੁਰੂ ਦੀ ਗੋਲਕ ਆਉਂਦੀ ਹੈ। ਆਪਾਂ ਗੁਰਦੁਆਰੇ ਮੰਦਰ ਜਾ ਕੇ ਬੜਾ ਆਪਣੇ ਨਾਮ ਬੁਲਵਾ ਦਈਏ, ਦਾਦੇ ਪੜਦਾਦੇ ਮੰਮੀ ਪਾਪਾ ਹੋਰਾਂ ਦੇ ਆਪਣਾ ਫੈਮਲੀ ਦਾ ਨਾਮ ਬੁਲਾ ਦਈਏ, ਕੋਈ ਆਪਣੇ ਕੋਲ ਨੀਡੀ ਆ ਜੇ ਮਦਦ ਵਾਸਤੇ, ਕੋਈ ਹੋਸਪਿਟਲ ਦੇ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ, ਕੋਈ ਫਾਦਰਲੈਸ ਬੱਚਾ ਆ ਗਿਆ ਫੀਸ ਦੇਣੀ ਆ, ਉਹਦੇ ਵਾਸਤੇ ਆਪਾਂ ਮੁੱਖ ਮੋੜ ਕੇ ਖੜ ਜਾਈਏ? ਅਤੇ ਫਿਰ ਇਹ ਗੁਰੂ ਦਾ ਸਿਧਾਂਤ ਨਹੀਂ ਹੈਗਾ। ਫਿਰ ਆਪਾਂ ਕਹਾਂਗੇ ਅਸੀਂ ਅਡੰਬਰਵਾਦ ਆਪਣਾ ਨਾਮ ਵੱਡਾ ਕਰਨ ਵਾਸਤੇ ਅਸੀਂ ਤੁਰੇ ਹਾਂ। ਸੋ ਗੋਡ ਸੈਮ, ਤੁਹਾਨੂੰ ਸਾਰੇ ਦੇ ਦੋਸਤਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਜਿਹਨਾਂ ਨੂੰ ਇੱਕ ਅੱਛਾ ਦੋਸਤ ਮਿਲਿਆ। ਥੈਂਕ ਯੂ ਵੈਰੀ ਮੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਤੁਹਾਨੂੰ ਆਖਰੀ ਬੇਨਤੀ ਆ ਜੀ, ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਇੱਦਾਂ ਸਾਰੇ ਭਰਾ ਸਪੋਰਟ ਕਰਿਓ। ਅੱਗੇ ਵੀ ਤੁਸੀਂ ਬਹੁਤ ਪਿਆਰ ਦਿੱਤਾ ਸਾਨੂੰ, ਪੈਸੇ ਦੀ ਸਪੋਰਟ ਨਹੀਂ, ਤੁਹਾਡੇ ਸ਼ੇਅਰ ਨਾਲ ਹੀ ਸਾਨੂੰ ਕਰੋੜਾਂ ਰੁਪਇਆ ਮਿਲ ਜਾਂਦਾ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮੱਚ।